ਤਾਂ ਅੰਦਰ ਕੰਪੀਟੀਟਿਵ ਸਟ੍ਰੀਕ ਹੈਗੀ ਹੈ ਕਾਫੀ, ਜਿਹੜੇ ਵੀ ਪਾਸੇ ਜਾਣਾ ਉੱਥੇ ਕੰਪੀਟੀਸ਼ਨ ਲੜਨਾ, ਬੈਸਟ ਦੇਣਾ ਆਪਣਾ। ਦੇਖੋ ਜੀ, ਪ੍ਰੋਫੈਸ਼ਨਲੀ ਤਾਂ ਨਹੀਂ, ਮੈਨੂੰ ਕੋਈ ਪੈਸੇ ਨਹੀਂ ਦਿੰਦਾ ਇੱਥੇ। ਓਕੇ, ਤੇ ਫੜੀ ਦਾ ਮੈਂ ਹੌਬੀ ਦੀ ਤਰ੍ਹਾਂ, ਠੀਕ ਹੈ, ਲੇਕਿਨ ਸੀਰੀਅਸਨੈਸ ਪੂਰੀ ਦੇਈਦੀ ਹੈ। ਤੇ ਮੇਰੇ ਆਈ ਥਿੰਕ 88% ਸੀਗੇ ਮਾਰਕਸ 12th ਨਾਨ ਮੈਡੀਕਲ ਚ। ਉਹ ਤੋਂ ਬਾਅਦ ਜੇਈ ਦਾ ਤਾਂ ਇਹ ਮੇਰੇ ਕੁਛ ਰੀਜ਼ਨ ਨੇ, ਲੇਕਿਨ ਮੇਰੇ ਕਈ ਦੋਸਤ ਹੈਗੇ ਨੇ ਜਿਹੜੇ ਸੁਜ਼ੂਕੀ ਚ ਲੱਗੇ ਹੋਏ ਨੇ, ਮਾਰੂਤੀ ਚ ਲੱਗੇ ਹੋਏ ਨੇ। ਅੱਛਾ, ਕਿਉਂਕਿ ਉੱਥੇ ਬਿਲਕੁਲ ABC ਤੋਂ ਨਹੀਂ ਸਿਖਾਉਣਾ, ਥੋੜ੍ਹੇ ਜਿਹੇ ਇੰਟਰਮੀਡੀਏਟ ਲੈਵਲ ਜਿਵੇਂ ਆਪਣੇ ਇੰਡੀਆ 'ਚ ਬੋਲ ਲੈਂਦੇ ਆ ਥੋੜ੍ਹੀ ਬਹੁਤ, ਉੱਦਾਂ ਦੇ ਆਉਂਦੇ ਨੇ ਬੱਚੇ। ਕੰਸਿਸਟੈਂਸੀ ਇੰਨੀ ਨਹੀਂ ਸੀਗੀ ਸੀਰੀਅਸਲੀ, ਆਈ ਥਿੰਕ ਲਾਸਟ 4 ਈਅਰਸ ਤੋਂ, ਕੋਵਿਡ ਤੋਂ ਥੋੜ੍ਹਾ ਜਿਹਾ ਪਹਿਲਾਂ। ਸਤਿ ਸ਼੍ਰੀ ਅਕਾਲ, ਸਾਡਾ ਪੰਜਾਬ ਕੈਨੇਡਾ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਰਿੰਦਰ ਸਿੰਘ ਕਲੇਰ। ਕਹਿੰਦੇ ਨੇ ਕਿ ਜਦੋਂ ਸਾਡੇ ਜ਼ਿਹਨ ਦੇ ਵਿੱਚ ਇਸ ਤਰ੍ਹਾਂ ਦਾ ਆ ਜਾਂਦਾ ਕਿ ਮੈਂ ਸਟੱਡੀ ਬਹੁਤ ਕਰ ਚੁੱਕੇ ਹਾਂ, ਅਤੇ ਉਸ ਤੋਂ ਬਾਅਦ ਮੈਂ ਮਾਸਟਰਸ ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ, ਮਾਸਟਰਸ ਕੀਤੀ ਆ, ਭਾਵੇਂ ਉਸ ਤੋਂ ਹਾਇਰ ਸਟੱਡੀ ਦੀ ਗੱਲ ਕੀਤੀ ਜਾਵੇ, ਜੇਕਰ ਅਸੀਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਕਿਤੇ ਵੀ ਗੱਲ ਕੀਤੀ ਜਾਵੇ, ਸਟੇਟਸ ਦੇ ਵਿੱਚ, ਆਪਣੀ ਜ਼ਿੰਦਗੀ ਨੂੰ ਹੋਰ ਉੱਚਾ ਚੁੱਕਣ ਦੇ ਲਈ ਗੱਲ ਕਰ ਲੈਂਦੇ ਹਾਂ। ਕਈ ਵਾਰ ਅਸੀਂ ਆਪਣੇ ਸਟੇਟ ਦੇ ਐਗਜ਼ਾਮ ਜ਼ੋਨ SSC ਹੋਵੇ ਜਾਂ ਉਸ ਤੋਂ ਉੱਪਰ UPSC ਜਾਂ ਫਿਰ ਉੱਪਰੋਂ IPS IAS ਦੀ ਗੱਲ ਕੀਤੀ ਜਾਵੇ, ਟੈਸਟ ਦੀ ਤਿਆਰੀ ਕਰਦੇ ਹਾਂ, ਪਰ ਇਸ ਸਭ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਦਰਤ ਦੀ ਗੋਦ ਦੇ ਵਿੱਚ ਰਹਿ ਕੇ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਲੈਵਲ 'ਤੇ ਜਾਂ ਫਿਰ ਉਸ ਫਿਟਨੈਸ ਨੂੰ ਲੈ ਕੇ ਅਸੀਂ ਕਿਵੇਂ ਹੋਰ ਗੋਲ ਅਚੀਵ ਕਰ ਸਕਦੇ ਹਾਂ, ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਇਹ ਚੀਜ਼ਾਂ ਨੂੰ ਲੈ ਕੇ, ਕਿਉਂਕਿ ਤੁਸੀਂ ਸਾਰੇ ਸਟੱਡੀ ਕਰਦੇ ਹੋਵੋਗੇ ਜਾਂ ਤੁਹਾਡੇ ਬੱਚੇ ਸਟੱਡੀ ਕਰਦੇ ਹੋਵੋਗੇ, ਇਹ ਇੰਟਰਵਿਊ ਇਸ ਕਰਕੇ ਖਾਸ ਹੋਣ ਜਾ ਰਹੀ ਹੈ ਕਿਉਂਕਿ ਜਿਹੜੇ ਜਨਾਬ ਉਹਨਾਂ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਇਹ ਪਲੇਅਰ ਤਾਂ ਆਪਣੇ ਆਪ ਦੇ ਵਿੱਚ ਹੈ ਮੈਰਾਥਨ ਦੇ, ਪਰ ਇਹਨਾਂ ਦੇ ਵੱਲੋਂ ਜੋ ਸਟੱਡੀ ਦੇ ਵਿੱਚ ਮੁਕਾਮ ਹਾਸਲ ਕੀਤੇ ਹੋਏ ਨੇ ਉਸ ਨੂੰ ਸੁਣ ਕੇ ਤੁਹਾਡੇ ਮਨ ਦੇ ਵਿੱਚ ਜਿਹੜਾ ਕੀੜਾ ਫੜਿਆ ਹੋਇਆ ਹੈ ਕਿ ਮੈਂ ਐਜੂਕੇਸ਼ਨ ਹਾਇਰ ਕਰ ਚੁੱਕੇ ਹਾਂ ਤੇ ਸ਼ਾਇਦ ਮੇਰੇ ਵਰਗਾ ਕੋਈ ਨਹੀਂ, ਉਹ ਸ਼ਾਇਦ ਕੀੜਾ ਨਿਕਲ ਜਾਵੇਗਾ। ਸਵਾਗਤ ਕਰ ਲੈਣਾ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਆ? ਅਨੁਰਾਗ ਹੁੰਦਲਾ ਜੀ ਨਾਮ। ਅਨੁਰਾਗ ਕਿੱਥੋਂ ਰਹਿਣ ਵਾਲੇ? ਅਸੀਂ ਲੁਧਿਆਣੇ ਰਹਿੰਦੇ ਹਾਂ। ਓਕੇ, ਆਹ ਗਰਾਊਂਡ ਦੇ ਵਿੱਚ ਦੇਖਿਆ ਤੁਸੀਂ, ਮਤਲਬ ਰਨਿੰਗ ਵੀ ਕਰਦੇ ਪਏ ਸੀ, ਜੋਗਿੰਗ ਵੀ ਕਰਦੇ ਪਏ ਸੀ, ਪ੍ਰੈਕਟਿਸ ਵੀ ਕਰਦੇ ਪਏ ਸੀ, ਦੇਖ ਕੇ ਤੁਹਾਡੀ ਇੱਕ ਇੰਪ੍ਰੈਸ਼ਨ ਤੁਹਾਡੇ ਦੇਖ ਕੇ ਪਤਾ ਲੱਗ ਗਿਆ ਸੀਗਾ ਵੀ ਕੋਈ ਗੱਲਬਾਤ ਹੈਗੀ ਆ। ਜੇ ਅਨੁਰਾਗ, ਫਸਟ ਆਫ ਆਲ ਗੱਲ ਕੀਤੀ ਜਾਵੇ, ਅਨੁਰਾਗ ਕਿਉਂ ਇੰਨਾ ਫਾਸਟ ਭੱਜਦੇ ਆ ਜਾਂ ਇਹ ਪ੍ਰੈਕਟਿਸ ਕਰਦੇ, ਕੀ ਕੁਛ ਮਨ ਦੇ ਵਿੱਚ ਕੀ ਗੋਲ ਚੱਲਦਾ ਪਿਆ? ਗੋਲ ਇਹੀ ਹੈ ਜੀ ਕਿ ਰੇਸਾਂ ਕਰਨ ਦਾ ਬਹੁਤ ਸ਼ੌਂਕ ਆ ਮੈਨੂੰ, ਤੇ 100 ਕਿਲੋਮੀਟਰ ਤੱਕ ਰੇਸਾਂ ਕੀਤੀਆਂ ਹੋਈਆਂ ਨੇ ਮੈਂ। ਓਕੇ, ਤਾਂ ਅੰਦਰ ਕੰਪੀਟੀਟਿਵ ਸਟ੍ਰੀਕ ਹੈਗੀ ਹੈ ਕਾਫੀ, ਜਿਹੜੇ ਵੀ ਪਾਸੇ ਜਾਣਾ ਉੱਥੇ ਕੰਪੀਟੀਸ਼ਨ ਲੜਨਾ, ਬੈਸਟ ਦੇਣਾ ਆਪਣਾ, ਤੇ ਇੱਦਾਂ ਹੀ ਫਿਟਨੈਸ ਨਾਲ ਜੁੜ ਗਏ ਹੌਲੀ ਹੌਲੀ। ਫੁੱਟਬਾਲ ਖੇਡਦੇ ਸੀਗੇ ਪਹਿਲਾਂ ਸਕੂਲ 'ਚ। ਓਕੇ, ਤੇ ਉਸ ਤੋਂ ਬਾਅਦ ਅਥਲੈਟਿਕਸ 'ਚ ਸ਼ਿਫਟ ਹੋ ਗਏ ਕਿਉਂਕਿ ਇੰਡੀਵਿਜੁਅਲ ਸਪੋਰਟ ਹੈ, ਮੈਂ ਥੋੜ੍ਹਾ ਇੰਡੀਵਿਜੁਅਲ ਬੰਦਾ। ਤੇ ਬਸ ਉੱਥੇ ਹੀ ਲੱਗਦੇ ਲੱਗਦੇ ਲੋਕਾਂ ਨਾਲ ਵਾਹ ਪਿਆ, ਲੁਧਿਆਣੇ, ਜਲੰਧਰ, ਪੰਜਾਬ, ਚੰਡੀਗੜ੍ਹ ਰਨਰਸ ਨਾਲ, ਤੇ ਕਮਿਊਨਿਟੀ ਬਣ ਗਈ, ਵਧੀਆ ਲੱਗਦਾ, ਤੇ ਹੁਣ ਚਾਹੁੰਦੇ ਹਾਂ ਕਿ ਹੋਰ ਵਧੀਆ ਕਰੀਏ। ਅੱਛਾ, ਜਿਵੇਂ ਤੁਸੀਂ ਗੱਲ ਕੀਤੀ ਆਪਾਂ ਦਰਸ਼ਕਾਂ ਦੇ ਪਹਿਲੂ ਤੋਂ ਗੱਲ ਕਰ ਲੈਂਦੇ ਹਾਂ, ਅਨੁਰਾਗ ਦੀ ਗੱਲ ਕੀਤੀ ਜਾਵੇ, ਤੁਸੀਂ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਮੈਂ ਐਜ਼ ਏ ਪਲੇਅਰ ਮੈਰਾਥਨ ਕਰਦਾ ਹਾਂ, ਇਹ ਐਜ਼ ਏ ਪ੍ਰੋਫੈਸ਼ਨ ਤੁਸੀਂ ਕਿਵੇਂ ਚੂਜ਼ ਕੀਤਾ ਤੇ ਇਹਦਾ ਫਾਇਦਾ ਕੀ ਕੀ ਹੋ ਜਾਂਦਾ? ਦੇਖੋ ਜੀ, ਪ੍ਰੋਫੈਸ਼ਨਲੀ ਤਾਂ ਨਹੀਂ, ਮੈਨੂੰ ਕੋਈ ਪੈਸੇ ਨਹੀਂ ਦਿੰਦਾ ਇੱਥੇ। ਓਕੇ, ਤੇ ਫੜੀ ਦਾ ਮੈਂ ਹੌਬੀ ਦੀ ਤਰ੍ਹਾਂ, ਠੀਕ ਹੈ, ਲੇਕਿਨ ਸੀਰੀਅਸਨੈਸ ਪੂਰੀ ਦੇਈਦੀ ਹੈ। ਤੇ ਚੂਜ਼ ਇਸੇ ਕਰਾਂ ਕੀਤੀ, ਪਹਿਲਾਂ ਤਾਂ ਫੁੱਟਬਾਲ ਦਾ ਬਹੁਤ ਸ਼ੌਕ ਸੀਗਾ, ਸੋਚਿਆ ਸੀਗਾ UK 'ਚ ਜਾ ਕੇ ਪ੍ਰੀਮੀਅਰ ਲੀਗ 'ਚ ਖੇਡਾਂਗੇ, ਲੇਕਿਨ ਇੰਡੀਆ 'ਚ ਥੋੜ੍ਹੇ ਹਾਈ ਲੈਵਲ 'ਤੇ ਪਾਰਸ਼ੈਲਿਟੀ ਚੱਲਦੀ ਆ, ਸਪੈਸ਼ਲੀ ਇਨ ਟੀਮ ਗੇਮਸ। ਸੋ ਮੈਂ ਕਿਹਾ ਚਲੋ ਆਪਣਾ ਬੈਸਟ ਦਿੰਦੇ ਹਾਂ, ਦੂਜਿਆਂ ਦੇ ਰਿਲਾਈ ਨਾ ਕਰੀਏ ਜਿੰਨਾ ਹੋ ਸਕੇ, ਤਾਂ ਇੰਡੀਵਿਜੁਅਲ ਸਪੋਰਟ 'ਚ ਗਿਆ, ਐਥਲੈਟਿਕਸ 'ਚ ਗਿਆ। ਉੱਦਾਂ ਹੀ ਮੈਨੂੰ ਦਰਦ ਝੇਲਣ ਦਾ ਮਤਲਬ ਜ਼ਿਆਦਾ ਲੱਗਦਾ ਨਹੀਂ ਇੰਨਾ,
ਅੱਛਾ ਇਹਦਾ ਦਰਦਨਾਕ ਗੇਮ ਹੈਗੀ ਆ ਬਹੁਤ ਇੰਨਾ ਉਹ ਨਹੀਂ ਮਿਲਦਾ ਇਹਦਾ ਫਰੂਟ ਨਹੀਂ ਮਿਲਦਾ ਫਿਟਨੈਸ ਵਾਈਜ਼ ਬਹੁਤ ਹੈ ਤੁਹਾਡਾ ਮਨ ਸ਼ਾਂਤ ਰਹਿੰਦਾ ਦਿਨ ਵਧੀਆ ਜਾਂਦਾ ਕੋਈ ਬਿਮਾਰੀ ਨਹੀਂ ਲੱਗਦੀ ਮੇਰੇ ਘਰ ਦੇ ਹੁਣ ਸਾਰੇ ਬਿਮਾਰ ਪਏ ਆ ਮੈਨੂੰ ਛੱਡ ਕੇ ਕਿਉਂਕਿ ਪਹਿਲਾਂ ਮੈਂ ਰਨਿੰਗ ਕਰਦਾ ਓਕੇ ਦਰਸ਼ਕਾਂ ਦਾ ਸਵਾਲ ਪਹਿਲਾਂ ਤੁਹਾਡੇ ਜ਼ਿਹਨ ਦੇ ਵਿੱਚ ਵੀ ਆ ਗਿਆ ਹੋਣਾ ਕਿ ਅਸੀਂ ਇੰਟਰਵਿਊ ਕਿਉਂ ਸੁਣਨ ਲੱਗੇ ਹਾਂ ਜਨਾਬ ਇਸ ਕਰਕੇ ਤੁਸੀਂ ਇੰਟਰਵਿਊ ਸੁਣਨ ਲੱਗੇ ਹੋ ਕਿ ਪਹਿਲੀ ਗੱਲ ਬਾਈ ਜੀ ਕਿਉਂ ਰਨਿੰਗ ਕਰਦੇ ਪਏ ਆ ਕਿਵੇਂ ਪੈਸੇ ਕਮਾਉਂਦੇ ਪਏ ਆ ਅਤੇ ਜਿਹੜੀ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਜਿਹੜੇ ਲੋਕ ਸਟੱਡੀ ਕਰਦੇ ਪਏ ਨੇ ਉਹ ਜ਼ਿੰਦਗੀ ਨੂੰ ਕਿਉਂ ਟੈਨਸ਼ਨਾਂ ਦੇ ਵਿੱਚ ਪਾਈ ਜਾਂਦੇ ਨੇ ਤੁਸੀਂ ਬਾਈ ਜੀ ਜੇਕਰ ਗੱਲ ਕੀਤੀ ਜਾਵੇ ਸਟੱਡੀ ਦੀ ਸ਼ੁਰੂਆਤ ਕਰ ਲੈਂਦੇ ਹਾਂ ਤੁਸੀਂ ਜੇਕਰ ਸਕੂਲਿੰਗ ਦੀ ਗੱਲ ਕੀਤੀ ਜਾਵੇ ਉਸ ਤੋਂ ਗ੍ਰੈਜੂਏਸ਼ਨ ਦੀ ਗੱਲ ਕੀਤੀ ਜਾਵੇ ਕਿੱਥੇ ਕਿੱਥੇ ਤੱਕ ਕੀ ਸਟੱਡੀ ਕੀਤੀ ਹੈ ਹਾਂਜੀ ਇੱਥੇ ਗੁਰੂ ਨਾਨਕ ਪਬਲਿਕ ਸਕੂਲ ਆ ਸਰਾਭਾ ਨਗਰ ਲੁਧਿਆਣੇ ਠੀਕ ਹੈ ਇੱਥੋਂ CBSE ਪਾਸ ਆ ਨੋਨ ਮੈਡੀਕਲ ਓਕੇ ਮੇਰੇ ਆਈ ਥਿੰਕ 88% ਸੀਗੇ ਮਾਰਕਸ ਓਕੇ 12th ਨੋਨ ਮੈਡੀਕਲ ਉਹ ਤੋਂ ਬਾਅਦ JEE ਦਾ ਕਲੀਅਰ ਕੀਤਾ ਐਡਵਾਂਸ ਤਾਂ ਨਹੀਂ ਹੋਇਆ ਲੇਕਿਨ ਮੇਨਸ ਹੋ ਗਿਆ ਉਹ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਲੈ ਲਈ ਪਟਿਆਲੇ ਪੀਟੈਕ ਮਕੈਨੀਕਲ ਚ ਠੀਕ ਹੈ 4 ਸਾਲ ਉੱਥੇ ਕੱਢੇ ਠੀਕ ਹੈ ਫਿਰ ਉਹ ਤੋਂ ਬਾਅਦ ਲਿਟਰੇਚਰ ਜਾ ਗਿਆ ਮਕੈਨੀਕਲ ਇੰਨੀ ਜਚੀ ਨਹੀਂ ਮੈਨੂੰ ਪਰ ਮੈਂ ਕਰ ਲਈ ਅੱਛਾ ਤਾਂ ਇੱਕ ਇਹਦੇ ਵਿੱਚ ਮੈਂ ਇੱਕ ਪੌਜ਼ ਲੈ ਲੈਣਾ ਹਾਂਜੀ ਬਹੁਤ ਸਾਡੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ ਜਦੋਂ ਇਹ ਬੀਟੈਕ ਨਾਲ ਮਕੈਨੀਕਲ ਲੱਗ ਜਾਂਦਾ ਤਾਂ ਕੀਤੀ ਬਹੁਤ ਜਣਿਆਂ ਨੇ ਹੋਈ ਹੈ ਬਟ ਇਹੋ ਜਿਹਾ ਕੀ ਹੋ ਗਿਆ ਸੀ ਭਾਵੇਂ ਤੁਹਾਡੇ ਆਪਣੇ ਤੁਹਾਡਾ ਜੇ ਇੱਕ ਬੈਚ ਦੀ ਗੱਲ ਕੀਤੀ ਜਾਵੇ ਕੀ ਬੈਚ ਚੱਲਿਆ ਉਸ ਕਿਹੜਾ ਸੀਗਾ 2014 to 2018 ਹੈ ਨਾ ਤੁਹਾਡੇ ਬੈਚ ਦੀ ਗੱਲ ਕੀਤੀ ਜਾਵੇ ਜਾਂ ਪੁਰਾਣੇ ਬੈਚਸ ਦੀ ਗੱਲ ਕੀਤੀ ਜਾਵੇ ਜਾਂ ਅਪਕਮਿੰਗ ਜਿਹੜੇ ਚੱਲਦੇ ਪਏ ਆ ਇੱਕ ਪੇਰੈਂਟਸ ਦੇ ਮਨ ਦੇ ਵਿੱਚ ਪ੍ਰੈਸ਼ਰ ਬਹੁਤ ਵੱਡਾ ਹੈ ਕਿ ਬੀਟੈਕ ਕਰਨੀ ਹੈ ਤੇ ਉਸ ਤੋਂ ਮਕੈਨੀਕਲ ਦੀ ਕਰਨੀ ਹੈ ਪਰ ਉਸ ਤੋਂ ਬਾਅਦ ਅਜਿਹਾ ਕੀ ਹੋ ਜਾਂਦਾ ਪੰਜਾਬ ਤੋਂ ਬਿਨਾਂ ਵੀ ਦੇਖਿਆ ਗਿਆ ਆ ਉਸ ਤੋਂ ਬਾਅਦ ਬੰਦੇ ਉਸ ਟੀਮ ਦੇ ਵਿੱਚ ਕੰਮ ਹੀ ਨਹੀਂ ਕਰਦੇ ਕੀ ਗੱਲ ਕੀ ਹੈ ਦੇਖੋ ਜੀ ਮਕੈਨੀਕਲ ਇੱਕ ਤਾਂ ਉੱਥੇ ਇੰਨਾ ਪ੍ਰੈਕਟੀਕਲ ਨਹੀਂ ਹੈ ਮਕੈਨੀਕਲ ਬਹੁਤ ਪ੍ਰੈਕਟੀਕਲ ਸਟ੍ਰੀਮ ਆ ਤੁਹਾਨੂੰ ਸਾਰੇ ਮਸ਼ੀਨਾਂ ਦੇ ਨਾਲ ਰਹਿ ਕੇ ਕਰਨੀ ਚਾਹੀਦੀ ਸਿਰਫ ਕਿਤਾਬਾਂ ਨਾਲ ਆਪਣਾ ਜਿਹੜਾ ਸਿਲੇਬਸ ਆ ਬਹੁਤ ਅਜੇ ਪਿਛੋਕੜ ਪਿੱਛੇ ਆ ਥਿਓਰੀਟੀਕਲ ਜ਼ਿਆਦਾ ਹੋ ਜਾਂਦਾ ਇਹ ਇੱਕ ਗੱਲ ਉਹ ਕਿਉਂਕਿ ਮੇਰੀ ਲੱਗੀ ਸੀ ਇੰਡਸਟਰੀਅਲ ਟ੍ਰੇਨਿੰਗ ਲੱਗਦੀ ਆ ਉਹ ਮਹਿੰਦਰਾ ਸਵਰਾਜ ਮਹਿੰਦਰਾ ਚ ਲੱਗੀ ਸੀ ਅੱਛਾ ਉੱਥੇ ਮੈਂ ਇਨਵਾਇਰਮੈਂਟ ਦੇਖਿਆ ਟਰੈਕਟਰ ਬਣ ਰਿਹਾ ਪੂਰਾ ਮਕੈਨੀਕਲ ਤੁਸੀਂ ਬਸ ਬੰਦਿਆਂ ਨੂੰ ਐਜ਼ ਅ ਮੈਨੇਜਰ ਮਤਲਬ ਉਹਨਾਂ ਨੂੰ ਸਿੱਧਿਆਂ ਰੱਖਣਾ ਤਾਂ ਮੈਨੂੰ ਤਾਂ ਸੂਟ ਨਹੀਂ ਕੀਤੀ ਉੱਧਰ ਸਰਵਿਸ ਬੇਸਡ ਵੀ ਕਾਫੀ ਕੰਪਨੀਜ਼ ਆਈਆਂ ਇਨਫੋਸਿਸ ਵੀ ਮੇਰੀ ਸਿਲੈਕਸ਼ਨ ਹੋ ਗਈ ਸੀਗੀ ਅੱਛਾ ਲੇਕਿਨ ਉਹ ਫਿਰ ਇੰਟਾਇਰਲੀ ਡਿਫਰੈਂਟ ਚੀਜ਼ ਹੋ ਜਾਂਦੀ ਹੈ ਲਾਈਕ ਮਕੈਨੀਕਲ ਚੱਕ ਤਾਂ ਲੈਂਦੇ ਹੋ 3.6 LPA ਤੇ ਲੇਕਿਨ ਕੋਡਿੰਗ ਸ਼ੁਰੂ ਤੋਂ ਸਿੱਖਣੀ ਪੈਂਦੀ ਹੈ ਦੈਟਸ ਲਾਈਕ ਤੁਹਾਡੀ ਮਕੈਨੀਕਲ ਮਿਲ ਹੋਗੀ ਉੱਥੇ ਤਾਂ ਇਸ ਕਰਕੇ ਨਾਲੇ ਡਿਸੀਜਨ ਮੇਰਾ ਨਹੀਂ ਸੀਗਾ ਜਦੋਂ ਸਕੂਲ ਸੁਣਦੇ ਆਪਾਂ ਇੰਨਾ ਸਾਨੂੰ ਉਹ ਨਹੀਂ ਹੁੰਦੀ ਨੌਲੇਜ ਆਪਾਂ ਪੇਰੈਂਟਸ ਹੀ ਸੁਣ ਲੈਂਦੇ ਆ ਪੇਰੈਂਟਸ ਦੂਜੇ ਪੇਰੈਂਟਸ ਹੀ ਸੁਣ ਲੈਂਦੇ ਆ ਤਾਂ ਇੱਕੋ ਚੈਂਬਰ ਜਿਹਾ ਬਣ ਜਾਂਦਾ ਇੱਕ ਦੂਜੇ ਨੂੰ ਦੱਸੀ ਜਾਂਦੇ ਆ ਉਹ ਮਕੈਨੀਕਲ ਐਵਰਗ੍ਰੀਨ ਆ ਇਹ ਬਹੁਤ ਸੁਣਿਆ ਲੋਕਾਂ ਨੇ ਲੇਕਿਨ ਉਸ ਟਾਈਮ ਇੰਡੀਆ ਚ ਅਗਰ ਹੁਣ ਦੇਖੀਏ ਇਨ ਹਾਈਂਡਸਾਈਟ ਸਰਵਿਸਿਸ ਸੈਕਟਰ ਦਾ ਬਹੁਤ ਜ਼ਿਆਦਾ ਸੀਗਾ ਬੋਲਬਾਲਾ ਇਨਫੋਸਿਸ ਹੋ ਗਈ TCS ਹੋ ਗਈ ਸੋ ਅਗਰ ਉਸ ਟਾਈਮ ਅਗਰ ਮੈਂ ਲੈਣੀ ਹੁੰਦੀ ਤੇ ਆਈ ਵੁੱਡ ਹੈਵ ਟੇਕਨ CSE ਕੰਪਿਊਟਰ ਸਾਇੰਸ ਤਾਂ ਇਹ ਮੇਰੇ ਕੁਝ ਰੀਜ਼ਨ ਨੇ ਲੇਕਿਨ ਮੇਰੇ ਕਈ ਦੋਸਤ ਹੈਗੇ ਨੇ ਜਿਹੜੇ ਸੁਜ਼ੂਕੀ ਚ ਲੱਗੇ ਹੋਏ ਨੇ ਮਾਰੂਤੀ ਚ ਲੱਗੇ ਹੋਏ ਨੇ ਅੱਛਾ ਔਰ ਕਿਹੜੀ SML ਚ ਲੱਗੇ ਹੋਏ ਨੇ ਹਾਂਜੀ ਰੋਪੜ ਚ ਲੱਗੇ ਹੋਏ ਨੇ ਕੰਪਨੀ ਤਾਂ ਆਈ ਥਿੰਕ ਉਹ ਵੀ ਤੁਹਾਡਾ ਡਿਪੈਂਡ ਕਰਦਾ ਤੁਹਾਡਾ ਮਨ ਕਿੱਥੇ ਹੈ ਤੇ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਉਸ ਨੂੰ ਟਾਈਮ ਲੱਗ ਜਾਂਦਾ ਲੱਭਣ ਨੂੰ ਤੁਹਾਨੂੰ ਕੀ ਚਾਹੀਦਾ ਠੀਕ ਹੈ ਤਾਂ ਮੈਂ 8ਵੀਂ ਕਲਾਸ ਤੋਂ ਹੀ ਲਾਇਬ੍ਰੇਰੀ ਜਾਣਾ ਸ਼ੁਰੂ ਕਰਤਾ ਸੀਗਾ ਪੜ੍ਹਨ ਦਾ ਬਹੁਤ ਸ਼ੌਂਕ ਸੀਗਾ ਫਿਕਸ਼ਨ ਬਹੁਤ ਜ਼ਿਆਦਾ ਪਸੰਦ ਆਉਣ ਲੱਗੀ ਓਕੇ ਤਾਂ ਕਿਤਾਬਾਂ 'ਚ ਰੁੱਝੀ ਗਿਆ ਫਿਰ ਵਿਹਲੇ ਬਹਿਣ ਨਾਲੋਂ ਪਾਪਾ ਇੱਥੇ ਸਿਧਾਰ ਕਾਲਜ ਪੰਜਾਬੀ ਦੇ ਸੀਗੇ ਪ੍ਰੋਫੈਸਰ ਓਕੇ ਤਾਂ ਕਹਿੰਦੇ ਤੁਸੀਂ ਲਿਟਰੇਚਰ ਹੀ ਕਰ ਲਓ ਮੇਰਾ ਮਨ ਬਣ ਗਿਆ ਉੱਥੇ ਫਿਰ ਇੰਗਲਿਸ਼ ਲਿਟਰੇਚਰ 'ਚ ਪੈ ਗਿਆ ਮੈਂ 2 ਸਾਲ ਕੀਤੀ ਵਧੀਆ ਲੱਗੀ ਫਿਰ ਨੈੱਟ ਕਲੀਅਰ ਕਰ ਲਿਆ ਗ੍ਰੇਟ ਹਾਂਜੀ ਤਾਂ ਉਹ ਇੱਕ ਨੈੱਟ ਤਾਂ ਚਲੋ ਤੁਹਾਡੇ ਕੋਲ ਹੈਗਾ ਤੁਸੀਂ ਕਿੱਥੇ ਪੜ੍ਹਾ ਸਕਦੇ ਹੋ ਯੂਨੀਵਰਸਿਟੀ ਵਗੈਰਾ ਪਰ ਮੈਂ ਔਨਲਾਈਨ ਟੀਚਿੰਗ ਕਰਦਾ ਹੁਣ ਕਮਿਊਨੀਕੇਸ਼ਨ ਸਕਿੱਲਸ ਦੀ ਜੇ 5 ਬੱਚੇ ਨੇ ਪੇਰੈਂਟਸ ਨੇ ਓਲਡ ਐਡਲਟਸ ਨੇ ਅੱਛਾ ਬੁੱਢੇ ਵੀ ਨੇ ਸਾਰੇ ਸਿੱਖਦੇ ਨੇ
ਨਹੀਂ ਤੁਹਾਡੇ ਇਹ ਜਿਹੜਾ YouTube ਚੈਨਲ ਬਣਾਇਆ ਹੈਗਾ ਨਹੀਂ ਨਹੀਂ ਨਾਟ YouTube ਕਿਵੇਂ ਕਿਵੇਂ ਕੋਈ ਕੰਪਨੀ ਆ ਅੱਛਾ ਉਹ ਫਿਰ ਟਾਈ ਅਪ ਕਰਦੀ ਹੈ ਜਿਵੇਂ ਇੰਡੀਅਨ ਟਿਊਟਰਸ ਨੂੰ ਜਾਪਨੀਜ਼ ਸਟੂਡੈਂਟਸ ਨਾਲ ਹਾਂ ਠੀਕ ਹੈ ਉਹਦੇ ਵਿੱਚ ਫਿਰ ਤੁਸੀਂ ਸਿਖਾਉਂਦੇ ਹੋ ਤੁਹਾਡਾ ਲੈਂਗੁਏਜ ਬੈਰੀਅਰ ਕਿਵੇਂ ਫਿਰ ਬਿਲਡ ਅਪ ਹੋਇਆ ਲੈਂਗੁਏਜ ਬੈਰੀਅਰ ਇਹ ਨਹੀਂ ਹੈ ਕਿ ਮੈਨੂੰ ਜਾਪਨੀਜ਼ ਥੋੜੀ ਬਹੁਤ ਆਉਂਦੀ ਹੈ ਬੇਸਿਕ ਲੇਕਿਨ ਉਹ ਜ਼ਰੂਰੀ ਨਹੀਂ ਹੈ ਕਿਉਂਕਿ ਉੱਥੇ ਬਿਲਕੁਲ ABC ਤੋਂ ਨਹੀਂ ਸਿਖਾਉਣਾ ਥੋੜੇ ਜਿਹੇ ਇੰਟਰਮੀਡੀਏਟ ਲੈਵਲ ਜਿਵੇਂ ਆਪਣੇ ਇੰਡੀਆ 'ਚ ਬੋਲ ਲੈਂਦੇ ਆ ਥੋੜੀ ਬਹੁਤ ਉੱਦਾਂ ਦੇ ਆਉਂਦੇ ਨੇ ਬੱਚੇ ਓਕੇ ਅੱਛਾ ਜੇਕਰ ਜਾਪਨੀਜ਼ ਦੇ ਵਿੱਚ ਕਿਸੇ ਨੂੰ ਕਹਿਣਾ ਹੋਵੇ ਬਾਈ ਜੀ ਕੀ ਹਾਲ ਹੈ ਜਿਵੇਂ ਪੰਜਾਬੀ 'ਚ ਕਹਿੰਦੇ ਆਪਾਂ ਕੀ ਕਹਿ ਸਕਦੇ ਹਾਂ ਕੀ ਹਾਲ ਹੈ ਵੇਟ ਲੈਟ ਮੀ ਥਿੰਕ ਯੈਸ ਓਕੇ ਆਈ ਡੋਨਟ ਰਿਮੈਂਬਰ ਇਸ ਤੋਂ ਬਿਨਾਂ ਦੇਖੋ ਕੋਈ ਗੱਲ ਇਸ ਤਰ੍ਹਾਂ ਦੀ ਕਾਮਨ ਹੋਵੇ ਗੈਂਗੀ ਦਸ ਕਾ ਦੈਟਸ ਹਾਊ ਆਰ ਯੂ ਓਕੇ ਐਂਡ ਵਾਤਾ ਸ਼ਿਵਾ ਅਨੂ ਦਸ ਦੈਟ ਇਜ਼ ਲਾਈਕ ਮਾਈ ਨੇਮ ਇਜ਼ ਅਨੂ ਅਰੇ ਵਾ ਓ ਨਾ ਮਾਈ ਵਾ ਨਾਮ ਦਸ ਕਾ ਵਟਸ ਯੋਰ ਨੇਮ ਸੋ ਲਾਈਕ ਬੇਸਿਕ ਸਟਫ ਬਾਈ ਜੀ ਇਹ ਤਾਂ ਗੱਲਾਂ ਕੀਤੀਆਂ ਕਿ ਬਾਈ ਜੀ ਜਿਵੇਂ ਕਿਹਾ ਕਿ ਮੈਂ ਪੜ੍ਹਾਉਂਦਾ ਵਾਂ ਥੋੜ੍ਹਾ ਪਹਿਲਾਂ ਪੁੱਛ ਵੀ ਲਈ ਕਿ ਬਾਕੀ ਹੈ ਨਾ ਕਈ ਵਾਰ ਹੋ ਜਾਂਦਾ ਇਹ ਵੈਸੇ ਇੱਕ ਜੁਕਸਾ ਪਾਰਟ ਅੱਛਾ ਜੇਕਰ ਇਹਨਾਂ ਦਾ ਗੱਲ ਕੀਤੀ ਜਾਵੇ ਹੁਣ ਆਪਾਂ ਰਨਿੰਗ 'ਤੇ ਆ ਜਾਂਦੇ ਹੈ ਨਾ ਤੁਸੀਂ ਮੈਰਾਥਨ ਦੀ ਗੱਲ ਕੀਤੀ ਆ ਬਹੁਤੇ ਲੋਕਾਂ ਨੂੰ ਇਹ ਪਤਾ ਯਾਰ ਵੀ ਭੱਜੀ ਜਾਓ ਬਸ ਨਾ ਕਿ ਮੈਰਾਥਨ ਦਾ ਐਕਸੈਪਟ ਐਕਚੁਅਲ ਦੇ ਕੰਸੈਪਟ ਕੀ ਹੈ ਕਿੰਨਾ ਕੁ ਰਨਿੰਗ ਕਰਨੀ ਹੁੰਦੀ ਹੈ ਇਹ ਜੀ ਬਹੁਤ ਹੁਣ ਸਾਇੰਟਿਫਿਕ ਹੋ ਗਿਆ ਅੱਛਾ ਤੇ ਆਪਣੇ ਜਿਹੜੇ ਇੰਡੀਆ ਦੇ ਟੌਪ ਮੈਰਾਥਨਰਸ ਨੇ ਜਿਹੜੇ ਬਿਲਕੁਲ ਚੋਟੀ ਦੇ ਨੇ ਉਹ ਵੀ ਅਜੇ ਓਲੰਪਿਕਸ ਨਹੀਂ ਕੁਆਲੀਫਾਈ ਕਰ ਸਕਦੇ ਓਕੇ ਓਲੰਪਿਕ ਦਾ ਸਟੈਂਡਰਡ ਹੈਗਾ 2 ਘੰਟੇ 8 ਮਿੰਟ ਜਿਹੜੇ ਪੈਰਿਸ ਹੋਣੀ ਹੁਣ ਤੇ ਆਪਣੇ ਟੌਪ ਦੇ ਜਿਹੜੇ ਆ 2 ਘੰਟੇ 16 ਮਿੰਟ ਤੋਂ ਥੱਲੇ ਨਹੀਂ ਆਉਂਦੇ ਤੇ ਡਿਸਟੈਂਸ ਕਿੰਨਾ 2 ਘੰਟੇ 16 ਮਿੰਟ 42 ਕਿਲੋਮੀਟਰ 42.2 ਇਹ ਹੁੰਦਾ ਫੁੱਲ ਮੈਰਾਥਨ ਦੇ ਡਿਸਟੈਂਸ ਤੇ ਮਤਲਬ ਕੈਚ ਅਪ ਕਰ ਰਹੀ ਹੈ ਇੰਡੀਅਨ ਆਰਮੀ ਕਰ ਰਹੀ ਹੈ ਆ ਰਹੇ ਨੇ ਕੋਚਸ ਬਾਹਰੋਂ ਲੇਕਿਨ ਜਿਹੜੇ ਅੰਗਰੇਜ਼ ਜਾਂ ਕੀਨੀਅਨਸ ਨੇ ਜਿਨ ਜਿਹੜੀ ਉਹਨਾਂ ਦੀ ਟ੍ਰੇਨਿੰਗ ਫਿਲਾਸਫੀ ਹੈ ਉਹ ਕਾਫੀ ਅੱਗੇ ਨੇ ਤਾਂ ਇਹ 'ਚ ਕਾਫੀ ਚੀਜ਼ਾਂ ਆ ਜਾਂਦੀਆਂ ਮੈਰਾਥੋਨ 'ਚ ਤੁਹਾਡੀ ਵੀਕਲੀ ਮਾਈਲੇਜ ਜਿਵੇਂ ਹਫ਼ਤੇ 'ਚ ਤੁਸੀਂ ਕਿੰਨਾ ਭੱਜਣਾ ਯੂਜਲੀ ਜਿਹੜੇ ਟੌਪ ਐਥਲੀਟਸ ਨੇ 150 ਕਿਲੋਮੀਟਰ ਤੋਂ 200 ਕਿਲੋਮੀਟਰ ਭੱਜਦੇ ਆ ਹਰ ਹਫ਼ਤੇ ਇੰਨਾ ਕੁ ਤਾਂ ਚਾਹੀਦਾ ਹੀ ਆ ਤੁਹਾਨੂੰ ਜੇ ਤੁਸੀਂ ਬਾਡੀ ਬਣਾਉਣੀ ਆ ਉੱਧਰ ਨੂੰ ਜਾਣ ਲਈ ਓਕੇ ਹਾਂਜੀ ਕੱਟ ਲਾ ਲਓ ਇੱਥੇ ਇੱਕ ਭਾਵੇਂ ਜੇਕਰ ਮੈਰਾਥਨ ਦੀ ਗੱਲ ਕੀਤੀ ਜਾਵੇ ਤੁਸੀਂ ਕਿਹਾ 42 ਕਿਲੋਮੀਟਰ ਤੇ ਜੇਕਰ ਬੰਦਾ ਸੋਚ ਲਵੇ ਵੈਸੇ ਕੋਈ ਪਿੰਡ ਦਾ ਯਾਰ ਉਹ ਲਾਈਫ ਦੇ ਵਿੱਚ ਜਦੋਂ ਆਪਾਂ ਇਸ ਚੀਜ਼ ਨੂੰ ਮਤਲਬ ਲੈ ਕੇ ਜਾਵਾਂਗੇ ਤਾਂ ਇਹਦੇ ਲਈ ਤਾਂ ਰੂਟੀਨ ਵੀ ਡਾਈਟ ਵੀ ਫਿਜ਼ੀਕਲੀ ਵੀ ਬੰਦੇ ਨੂੰ ਟ੍ਰੇਨਿੰਗ ਵੀ ਚਾਹੀਦੀ ਹੈ ਮੈਂਟਲੀ ਵੀ ਸਿੱਖਣਾ ਪੈਣਾ ਹੈ ਨਾ ਸਾਰਾ ਕੁਝ ਜੇ ਬੇਸਿਕਸ ਗੱਲਾਂ ਕੀਤੀ ਜਾਵੇ ਤਾਂ ਜੇ ਆਪਾਂ ਗੱਲ ਕੀਤੀ ਜਾਵੇ ਡੇ ਪਲਾਨ ਤੇ ਨਾਲ ਡਾਈਟ ਦੇ ਕਿਵੇਂ ਆਪਾਂ ਫਿਕਰ ਰੱਖਦੇ ਹਾਂ ਕੀ ਡਾਈਟ ਹੁੰਦੀ ਹੈ ਦੇਖੋ ਜੀ ਅਗਰ ਇੱਕ ਚੀਜ਼ ਜ਼ਿੰਦਗੀ 'ਚ ਸਿੱਖੀ ਹੈ ਤਾਂ ਕੰਸਿਸਟੈਂਸੀ ਸਿੱਖੀ ਆ ਕੋਈ ਵੀ ਚੀਜ਼ ਹਾਸਿਲ ਕਰਨੀ ਆ ਹੁਣ ਮੈਂ ਜਿਵੇਂ 100 ਕਿਲੋਮੀਟਰ ਭੱਜ ਲਿਆ ਮੈਂ ਘਰਦਿਆਂ ਨੂੰ ਆ ਕੇ ਦੱਸੂਗਾ ਉਹ ਇਹਨੇ ਕਿੱਦਾਂ ਭੱਜ ਲਿਆ ਇਹਨਾਂ ਨੇ ਉਹ ਨਹੀਂ ਦੇਖਦੇ ਜਿਹੜੇ ਪਿਛਲੇ 5-6-7 ਸਾਲ ਲਾਏ ਨੇ ਮੈਂ ਉਹਨੂੰ ਉੱਥੇ ਤੱਕ ਬਿਲਡ ਅਪ ਕਰਨ 'ਚ ਤਾਂ ਬੇਸਿਕ ਕੰਪੋਨੈਂਟਸ ਟ੍ਰਾਈਫੈਕਟਾ 3 ਚੀਜ਼ਾਂ ਤੁਹਾਡੀ ਟ੍ਰੇਨਿੰਗ ਇਹ 1/3 ਹੋ ਗਈ ਓਕੇ ਦੂਜਾ ਤੁਹਾਡੀ ਕਿਚਨ ਮਤਲਬ ਜੋ ਤੁਸੀਂ ਖਾਂਦੇ ਹੋ ਤੇ ਤੀਜਾ ਰਿਕਵਰੀ ਦੈਟ ਇਜ਼ ਸਲੀਪ ਅਗਰ ਇਹ ਤਿੰਨਾਂ 'ਚ ਇੱਕ ਵੀ ਚੀਜ਼ ਘੱਟ ਆ ਬਸ ਉਹ ਉੱਪੜ ਖੱਪੜ ਆ ਜਾਣਾ ਇਹਨਾਂ ਤਿੰਨਾਂ ਨੂੰ ਬੈਲੈਂਸ ਕਰਨਾ ਪੈਂਦਾ ਲੋਕ ਇੱਥੇ ਬਹੁਤ ਜ਼ੋਰ ਮਾਰ ਲੈਂਦੇ ਆ ਪੂਰਾ ਜ਼ੋਰ ਲਾ ਲੈਂਦੇ ਵੀਡੀਓਜ਼ ਦੇਖ ਲੈਂਦੇ ਮੋਟੀਵੇਟ ਹੋ ਜਾਂਦੇ ਲੇਕਿਨ ਉਹ ਜਿਹੜੀਆਂ ਬੈਕਗ੍ਰਾਉਂਡ 'ਚ ਚੀਜ਼ਾਂ ਕਰਨੀਆਂ ਹੁੰਦੀਆਂ ਉੱਥੇ ਇੰਨਾ ਜ਼ੋਰ ਨਹੀਂ ਲਾਉਂਦਾ ਟਾਈਮ ਮਤਲਬ ਚੀਜ਼ ਟਾਈਮ ਮੰਗਦੀ ਹੈ ਟਾਈਮ ਬਿਲਕੁਲ ਹਰ ਚੀਜ਼ ਟਾਈਮ ਮੰਗਦੀ ਅੱਛਾ ਜੇ ਮੈਰਾਥਨ ਦੀ ਗੱਲ ਕੀਤੀ ਜਾਵੇ ਸਾਡੇ ਪੰਜਾਬ ਸਟੇਟ ਦੀ ਗੱਲ ਕੀਤੀ ਜਾਵੇ ਤਾਂ ਕਿੱਥੇ ਤੱਕ ਪਹੁੰਚੇ ਹੋਏ ਆਪਾਂ ਲਾਈਕ ਪੰਜਾਬ ਦੇ ਐਥਲੀਟਸ ਯੈਸ ਪੰਜਾਬ ਦੇ ਐਥਲੀਟਸ ਰਾਜਪਾਲ ਸਿੰਘ ਨੇ ਮੇਰੇ ਲੋਨ ਨੇ 2 ਘੰਟੇ 16 ਮਿੰਟ ਲਾਈ ਹੋਈ ਉਹਨਾਂ ਨੇ ਹੁਣ ਕੋਚਿੰਗ ਕਰਦੇ ਨੇ ਆਈ ਥਿੰਕ NIS ਚ ਓਕੇ ਤਾਂ ਹੋਰ ਆਪਣੇ ਇੱਥੇ ਹਕਮ ਸਿੰਘ ਆਉਂਦੇ ਨੇ ਮੈਰਾਥਨ ਦਾ ਨਹੀਂ ਉਹ ਲੇਕਿਨ 1500 ਮੀਟਰ ਦੇ ਰਹੇ ਨੇ 1980 ਦੇ ਐਥਲੀਟ ਰਹੇ ਨੇ ਏਸ਼ੀਅਨ ਮੈਡਲਿਸਟ ਤੇ ਆਈ ਥਿੰਕ ਰੈਕੋਗਨੀਸ਼ਨ ਥੋੜ੍ਹੀ ਮੰਗਦੇ ਨੇ ਲੋਕ ਕਿਉਂਕਿ ਇੱਥੇ ਗਵਰਨਮੈਂਟ ਐਥਲੈਟਿਕਸ ਜਿਵੇਂ ਇਹਨਾਂ ਦਾ ਗੱਲ ਕੀਤੀ ਹੈ ਤੁਸੀਂ ਗੱਲ ਕਰਦੇ ਸੀ ਪੰਜਾਬ 'ਚ ਇੰਨਾ ਗਵਰਨਮੈਂਟਸ ਨਾ ਇੰਨਾ ਮਤਲਬ ਚੱਕਦੀਆਂ ਨਹੀਂ ਪਲੇਅਰਸ ਨੂੰ ਹੈ ਨਾ ਪਰ ਫਿਰ ਵੀ ਜਦੋਂ ਪਲੇਅਰ ਦਾ ਇੱਕ ਪੈਸ਼ਨ ਜਿਹਾ ਬਣ ਜਾਂਦਾ ਉਹ ਇਸ ਲਾਈਫ ਦੇ ਵਿੱਚ ਪੈ ਜਾਂਦਾ ਭਾਵੇਂ ਉਹ
ਰਨਿੰਗ ਦੀ ਗੱਲ ਹੋਵੇ, ਭਾਵੇਂ ਕਬੱਡੀ ਦੀ ਗੱਲ ਹੋਵੇ, ਭਾਵੇਂ ਕਿਸੇ ਵੀ ਪਲੇਅਰ ਦੀ ਗੱਲ ਹੋਵੇ, ਹੈ ਨਾ, ਐਥਲੀਟ ਦੀ ਗੱਲ ਹੋਵੇ, ਉਸ ਤੋਂ ਬਾਅਦ ਲਾਈਫ ਦੇ ਵਿੱਚ ਇੱਕ ਮੋੜ ਆ ਜਾਂਦਾ, ਟਰਨਿੰਗ ਪੁਆਇੰਟ ਆ ਜਾਂਦਾ ਕਿ ਉਹਨੂੰ ਫਾਈਨੈਂਸ਼ਲੀ ਵੀ ਸਟਰੋਂਗ ਹੋਣਾ ਪੈਂਦਾ ਆ। ਤੁਸੀਂ ਜਿਵੇਂ ਕਹਿੰਦੇ ਮੈਂ ਕੋਚਿੰਗ ਦੇ ਦਿੰਦਾ, ਹੈ ਨਾ, ਤੁਸੀਂ ਮੈਰਿਡ ਹੋ? ਨੋ। ਚਲੋ ਫਿਲਹਾਲ ਤੁਹਾਨੂੰ ਇੰਨਾ ਹਜੇ ਇਸ ਚੀਜ਼ ਦਾ ਪਤਾ ਨਹੀਂ ਹੈਗਾ, ਫ੍ਰੀਡਮ ਹੈਗਾ ਆ। ਅੱਛਾ, ਜੇਕਰ ਫਾਈਨੈਂਸ਼ਲੀ ਗੱਲ ਕੀਤੀ ਜਾਵੇ, ਸੈਟੀਸਫਾਈ ਹੋ ਫਿਰ ਉਸ ਚੀਜ਼ ਨੂੰ ਲੈ ਕੇ? ਦੇਖੋ ਜੀ, ਅਗਰ ਮੈਂ ਫੁੱਲ ਟਾਈਮ ਜੋਬ ਕਰਾਂ ਤਾਂ ਜਿੰਨਾ ਕਰ ਸਕਦਾ ਅਰਨ ਉਹਨਾਂ ਤਾਂ ਨਹੀਂ ਕਰਦਾ, ਤਾਂ ਤੁਸੀਂ ਘੱਟ ਪੈਸੇ ਕਮਾਉਂਦੇ ਹੋ ਫੋਰ ਯੋਰ ਫਰੀਡਮ, ਤਾਂ ਕਿ ਤੁਸੀਂ ਇੱਥੇ ਕੰਮ ਕਰ ਸਕੋ। ਨਾਲੇ ਇਹੋ ਜਿਹੀਆਂ ਸਪੋਰਟਸ ਲਈ ਤੁਹਾਨੂੰ ਬੈਕਗਰਾਉਂਡ, ਤੁਹਾਡੀ ਪ੍ਰਿਵਿਲੇਜ ਬਹੁਤ ਚਾਹੀਦੀ ਹੈ, ਤੁਹਾਨੂੰ ਸਪੋਰਟ ਚਾਹੀਦੀ ਹੈ, ਕਿਉਂਕਿ ਬੰਦਾ ਨਹੀਂ ਤਾਂ ਫਿਰ ਜਦੋਂ ਕੰਮ ਸਿਰ 'ਤੇ ਆਉਂਦਾ ਫਿਰ ਆਹ ਸਭ ਭੁੱਲ ਜਾਂਦਾ, ਤਾਂ ਉਹ ਵੀ ਜ਼ਰੂਰੀ ਹੈ। ਜੇ ਮਤਲਬ ਕੰਪੀਟੀਟਿਵ ਤੁਸੀਂ ਅੱਗੇ ਜਾਣਾ ਕਾਫੀ ਜ਼ਿਆਦਾ, ਜਿਵੇਂ ਹੁਣ ਚੈਸ ਦਾ ਆਪਣਾ ਵਰਲਡ ਚੈਂਪੀਅਨ ਕੈਂਡੀਡੇਟਸ 'ਚ ਜਿੱਤਿਆ ਗੁਕੇਸ਼, ਠੀਕ ਹੈ, ਯੰਗੈਸਟ ਬਣਿਆ ਵਰਲਡ 'ਚ, ਵਿਸ਼ਵਨਾਥਨ ਆਨੰਦ ਬਾਅਦ ਉਹ ਬਣਿਆ, ਠੀਕ ਹੈ। ਤਾਂ ਇੱਕ ਉਹਦੀ ਨਿਊਜ਼ ਆਈ ਸੀਗੀ, ਉਹਨੇ ਉਹਦੇ ਪੇਰੈਂਟਸ ਨੇ 50 ਲੱਖ ਲਾਤਾ ਸੀਗਾ ਸਿਰਫ ਇੱਕ ਟੂਰਨਾਮੈਂਟ 'ਚ ਹੀ। ਮਤਲਬ ਇੰਨਾ ਜ਼ਿਆਦਾ ਸੈਕਰੀਫਾਈਸ ਕਰਨਾ ਪੈਂਦਾ, ਅਤੇ ਤਾਂ ਵੀ ਤੁਹਾਡੇ ਲਈ ਰਿਵਾਰਡ ਅਸ਼ੋਰਡ ਨਹੀਂ ਹੁੰਦਾ ਕਿ ਅੱਗੇ ਆਓ ਮਿਲੂਗਾ ਜਾਂ ਨਹੀਂ ਮਿਲੂਗਾ। ਤਾਂ ਇਸ ਪਾਸੇ ਥੋੜ੍ਹਾ, ਜੇਕਰ ਤੁਹਾਡੀ ਗੱਲ ਕੀਤੀ ਜਾਵੇ ਐਜ਼ ਏ ਰਨਿੰਗ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪ੍ਰੈਕਟਿਸ? ਰਨਿੰਗ ਜੀ 12ਵੀਂ ਤੱਕ ਤਾਂ ਫੁੱਟਬਾਲ ਸੀਗਾ, ਫਿਰ ਆਈ ਥਿੰਕ ਪੰਜਾਬੀ ਯੂਨੀਵਰਸਿਟੀ 'ਚ ਮੈਂ ਥੋੜ੍ਹਾ ਸੀਰੀਅਸ ਲੈਣ ਲੱਗ ਗਿਆ ਸੀ, ਸੋ 2016 ਤੋਂ ਲੈ ਲਓ 24 ਜਾਂ ਇੰਨਾ ਟਾਈਮ ਹੋ ਗਿਆ। ਨਾਲੇ ਉਹ ਪਹਿਲਾਂ ਸਟਾਰਟਿੰਗ 'ਚ ਸਿੱਖਦੇ ਰਹੇ, ਇੰਜਰੀ ਆਉਂਦੀ ਰਹੀ, ਕਿਵੇਂ ਕਰਨਾ, ਕੰਸਿਸਟੈਂਸੀ ਇੰਨੀ ਨਹੀਂ ਸੀਗੀ ਸੀਰੀਅਸਲੀ। ਆਈ ਥਿੰਕ ਲਾਸਟ 4 ਈਅਰਸ ਤੋਂ, ਕੋਵਿਡ ਤੋਂ ਥੋੜ੍ਹਾ ਜਿਹਾ ਪਹਿਲਾਂ ਕੰਸਿਸਟੈਂਟ। ਹੁਣ ਇੱਕ ਲਾਈਫ ਚੱਲਦੀ ਪਈ ਆ ਜਿਹਦੇ ਵਿੱਚ ਤੁਸੀਂ ਕੋਚਿੰਗ ਦਿੰਦੇ ਹੋ, ਉਸ ਤੋਂ ਬਾਅਦ ਤੁਸੀਂ ਗਰਾਊਂਡ ਦੇ ਵਿੱਚ ਆ ਜਾਂਦੇ ਹੋ, ਪਰ ਫਿਰ ਵੀ ਇੱਕ ਲੌਂਗ ਰਨ ਦੇ ਵਿੱਚ ਆ ਕੇ ਇੱਕ ਦਿਮਾਗ ਕਹਿਣ ਲੱਗ ਜਾਂਦਾ ਵੀ ਐਗਜੈਕਟ ਮੈਂ ਹੁਣ ਕਰਨਾ ਕੀ ਹੈ, ਜੇ ਉਹਦੀ ਗੱਲ ਕੀਤੀ ਜਾਵੇ, ਕਿਉਂਕਿ ਇਸ ਫੈਕਟਰ 'ਤੇ ਜਾ ਕੇ ਸਾਰੇ ਡਬਲ ਮਾਈਂਡਡ ਵੀ ਹੋ ਜਾਂਦੇ ਆ, ਜਾਂ ਕੋਈ ਚੀਜ਼ ਨੂੰ ਚੂਜ਼ ਕਰਨਾ ਪੈਂਦਾ ਜ਼ਿੰਦਗੀ ਦੇ ਵਿੱਚ, ਜਾਂ ਤਾਂ ਸਟੱਡੀ ਨੂੰ ਚੂਜ਼ ਕਰਨਾ ਪੈਂਦਾ, ਆਪਣੀ ਪ੍ਰੋਫੈਸ਼ਨ ਨੂੰ ਲੈ ਕੇ ਜੋਬ ਨੂੰ, ਜਾਂ ਫਿਰ ਆਪਣੀ ਮਨ ਪਲੇਅ ਦੀ ਜਾਣਾ ਪੈਂਦਾ ਵੀ ਕੀ ਹਜੇ ਤੱਕ ਚੱਲਦਾ ਪਿਆ ਦਿਮਾਗ ਦੇ ਵਿੱਚ। ਦੇਖੋ ਮੇਰੀ ਫਿਲਾਸਫੀ ਥੋੜ੍ਹੀ ਰੈਨੇਸਾਂਸ, ਪਤਾ ਤੁਹਾਨੂੰ ਹੋਇਆ ਸੀਗਾ ਇਟਲੀ 'ਚ, ਜਾਂ ਕੀ ਕੌਣ ਸੀਗੇ ਉਹ, ਡਵਿੰਸੀ ਸੀਗੇ, ਹਾਂਜੀ ਡਵਿੰਸੀ। ਅੱਛਾ, ਸੋ ਹੀ ਵਾਸ ਅ ਰੈਨੇਸਾਂਸ ਮੈਨ। ਰੈਨੇਸਾਂਸ ਮੈਨ ਉਹਨੂੰ ਕਹਿੰਦੇ ਜਿਹੜਾ ਹਰ ਚੀਜ਼ 'ਚ ਨਾਟ ਮਾਹਿਰ ਲੇਕਿਨ ਕਰਦਾ ਰਹਿੰਦਾ, ਹਰ ਚੀਜ਼ ਆਉਂਦੀ ਹੈ, ਜਿਹੜਾ ਜਿਹਨੂੰ ਪ੍ਰਪੱਖ ਬੰਦਾ ਕਹਿੰਦੇ ਨਾ ਆਪਾਂ। ਸੋ ਮੇਰਾ ਪਾਸਾ ਉਹ ਕਿ ਮੈਂ ਸਾਰਾ ਕੁਝ ਬੈਲੈਂਸ ਕਰਕੇ ਚੱਲਾ। ਜਿਹੜੀ ਕਰੀਅਰ ਫਿਲਾਸਫੀ ਹੁੰਦੀ ਹੈ, ਜਿਵੇਂ ਕਿ ਇੱਕ ਪਾਸੇ ਜੁਟ ਗਏ ਉਹ 'ਚ ਹੀ ਨਿਕਲੀ ਜਾਣਾ, ਸਪੈਸੀਫਿਸਿਟੀ ਠੀਕ ਹੈ, ਉਹ ਵੀ ਠੀਕ ਹੈ, ਉਹ ਆਪਣੇ ਪਾਸੇ ਆ, ਪਰ ਮੇਰਾ ਥੋੜ੍ਹਾ ਆਈ ਵਾਂਟ ਬੀ ਅ ਜਨਰਲ, ਲਾਈਕ ਹਰ ਚੀਜ਼ 'ਚ ਪੈਰ ਠੀਕ ਹੈ ਪੈਰ ਪਾਉਣਾ ਚਾਹੀਦਾ। ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਮੈਂ ਐਗਜ਼ਾਮ ਕਲੀਅਰ ਕਰਦਾ ਪਿਆ, ਹੈ ਨਾ, ਹੋਪਫੁਲੀ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਹਾਡਾ ਕੋਈ, ਹੈ ਨਾ, ਸਿਲੈਕਸ਼ਨ ਇਸ ਤਰ੍ਹਾਂ ਦੀ ਹੋ ਜੇ, ਜੇਕਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਹਾਡੀ ਜਿਹੜੀ ਇਹ ਗੇਮ ਨਾਲ ਦੀ ਨਾਲ ਚੱਲਦੀ ਰਹੋ। ਆਈ ਹੋਪ ਸੋ, ਆਈਲ ਟ੍ਰਾਈ ਟੂ, ਯੈਸ। ਅੱਛਾ, ਸਵੇਰੇ 4 ਵਜੇ ਉੱਠ ਜਾਂਦਾ ਮੈਂ, ਕੋਈ ਦਿੱਕਤ ਨਹੀਂ ਹੈ। ਮੇਨ ਗੱਲ ਤੁਹਾਡੇ ਅੜਿੱਕਾ ਉਹ ਪਾਉਂਦੀ ਹੈ ਲੇਜ਼ੀਨੈਸ, ਆਈ ਥਿੰਕ, ਕਿਉਂਕਿ ਆਪਾਂ ਟਿੱਗੀ ਢਾ ਲੈਂਦੇ ਹਾਂ, ਆਪਾਂ ਨੂੰ ਆਰਾਮ ਚਾਹੀਦਾ, ਕੰਫਰਟ ਚਾਹੀਦਾ, ਤਾਂ ਇਹ ਥੋੜੀਆਂ ਚੀਜ਼ਾਂ ਛੁੱਟ ਜਾਂਦੀਆਂ, ਥੋੜਾ ਮੈਂਟਲ ਡਿਸਿਪਲਿਨ ਚਾਹੀਦਾ, ਜੋਬ ਦੇ ਨਾਲ ਹੋ ਜਾਂਦਾ। ਓਕੇ ਓਕੇ, ਆਈ ਥਿੰਕ, ਚਲੋ ਸਵਾਲ ਕਾਫੀ ਹੋ ਜਾਣੇ, 2 ਸਵਾਲ ਰਹਿ ਗਏ ਮੇਰੇ ਲਾਸਟ ਵਾਲੇ, ਤੁਹਾਡੇ ਵਰਗੇ ਪਲੇਅਰ ਨੂੰ ਦੇਖ ਕੇ, ਜਿਹੜੇ ਭਾਵੇਂ ਮੇਰੇ ਵਰਗੇ ਜਾਂ ਕੁਝ ਹੋਰ ਲੋਕ ਆ ਜਿਹੜੇ ਕਿ ਹੈਲਦੀ ਇਹਨੇ ਮਤਲਬ ਜ਼ਿਆਦਾ ਹੋ ਜਾਂਦੇ ਆ ਖਾਣ ਪੀਣ ਕਰਕੇ, ਉਹਨਾਂ ਦੇ ਮਨ ਦੇ ਵਿੱਚ ਇਹ ਆਉਂਦਾ ਯਾਰ ਪਤਲੇ ਕਿਵੇਂ ਹੋਣਾ ਸੀ, ਕੀ ਸਪ੍ਰਿੰਟਾਂ ਲਾਉਣ ਨਾਲ ਜਾਂ ਫਿਰ ਕ੍ਰੋਸ ਕੰਟਰੀ ਲਾਉਣ ਨਾਲ ਕਿਹੜਾ ਜ਼ਿਆਦਾ ਮੱਚ ਬੈਟਰ ਵੇ ਲੱਗਦਾ? ਦੇਖੋ ਜੀ, ਸਭ ਤੋਂ ਸੌਖਾ ਤਰੀਕਾ ਬਸ ਆਪਣੀ ਜ਼ਬਾਨ ਕੰਟਰੋਲ ਕਰੋ, ਠੀਕ ਆ। ਯੋਰ ਵੇਟ ਇਜ਼ 90% ਡਾਇਟ ਤੇ 10% ਜਸ ਐਕਸਰਸਾਈਜ਼। ਭਾਵੇਂ ਤੁਸੀਂ ਐਕਸਰਸਾਈਜ਼ ਨਾ ਵੀ ਕਰੋ, ਐਕਸਰਸਾਈਜ਼ ਅਗਰ ਕਰਨੀ ਹੈ ਫਿਟਨੈਸ ਲਈ ਕਰੋ, ਤੁਹਾਡੇ ਫੇਫੜੇ, ਤੁਹਾਡੇ ਹਾਰਟ, ਤੁਹਾਡਾ ਕੋਲੇਸਟ੍ਰੋਲ ਥੱਲੇ ਰਹੇ, ਉਹਦੇ ਲਈ ਐਕਸਰਸਾਈਜ਼ ਕਰੋ। ਲੇਕਿਨ ਅਗਰ ਵੇਟ ਘਟਾਉਣਾ ਤਾਂ ਕੈਲਰੀ ਡੈਫੀਸਿਟ, ਜਿਵੇਂ ਤੁਸੀਂ 2000 ਕੈਲਰੀਜ਼ ਅਗਰ ਰੋਜ਼ ਦੇ ਖਾ ਰਹੇ ਹੋ, 1500 ਖਾ ਲਓ,
ਉਹਦੇ ਨਾਲ ਹਫ਼ਤੇ ਪਰ ਹਫ਼ਤੇ ਕਿਲੋ ਕਿਲੋ ਘਟੀ ਜਾਊਗਾ ਉਹਦੇ ਉਹ ਆਈ ਥਿੰਕ ਲੋਕਾਂ ਨੂੰ ਔਖਾ ਲੱਗਦਾ ਥੋੜ੍ਹਾ ਜਿਹਾ ਡਾਇਟ ਕੰਟਰੋਲ ਕਰਨੀ। ਠੀਕ ਆ ਜਨਾਬ, ਅਸੀਂ ਸਵਾਲ ਤਾਂ ਬਹੁਤ ਕਰਨੇ ਆ ਪਰ ਕਹਿੰਦੇ ਕਈ ਵਾਰ ਸਮਾਂ ਹਨਾ ਇਜਾਜ਼ਤ ਦਿੰਦਾ ਨਹੀਂ ਹੁੰਦਾ। ਸਵਾਲ ਸਭ ਤੋਂ ਮੇਨ ਚੀਜ਼ ਕੀ ਸੀ ਕਿ ਅਨੁਰਾਗ ਜਿਹੜਾ ਕਿ ਅਸੀਂ ਇਸ ਵੇਲੇ ਲੁਧਿਆਣਾ ਜ਼ਿਲ੍ਹਾ ਦੇ ਬੱਦੋਵਾਲ ਪਿੰਡ ਦੇ ਗਰਾਊਂਡ ਦੇ ਵਿੱਚ ਖੜੇ ਹਾਂ, ਬਾਈ ਜੀ ਹੁਣੇ ਪ੍ਰੈਕਟਿਸ ਕਰਦੇ ਪਏ ਸੀ, ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਚੀਜ਼ਾਂ ਕਿੰਨੀਆਂ ਨਿਕਲ ਕੇ ਬਾਹਰ ਸਾਹਮਣੇ ਆਈਆਂ ਕਿ ਹੀ ਇਜ਼ ਏ ਹਾਈਲੀ ਕੁਆਲੀਫਾਈਡ, ਪਹਿਲੀ ਗੱਲ ਤਾਂ ਇਹ ਆ, ਅਤੇ ਨਾਲ ਦੀ ਨਾਲ ਹੋਰ ਉੱਚਾ ਮੁਕਾਮ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਪਏ ਆ। ਅਤੇ ਸਭ ਤੋਂ ਚੰਗੀ ਗੱਲ ਕੀ ਆ, ਉਹ ਕਹਿੰਦੇ ਆ ਕਿ ਹਮੇਸ਼ਾ ਇੱਕ ਚੀਜ਼ ਦੇ ਨਾਲ ਭੱਜਣ ਤੋਂ ਬਿਨਾਂ, ਮੈਂ ਕਹਿੰਦਾ ਕਿ ਹਰੇਕ ਚੀਜ਼ ਨਾਲ ਦੀ ਨਾਲ ਚੱਲਦੀ ਰਹੇ ਅਤੇ ਉਹਦੇ ਵਿੱਚ ਬੰਦਾ ਬੈਟਰ ਹੁੰਦਾ ਰਹੇ। ਪਰ ਸਭ ਇਸ ਦੇ ਵਿੱਚ ਜਿਹੜਾ ਅਸੀਂ ਆਮ ਵੀ ਬਾਕੀ ਪਲੇਅਰਸ ਦੇ ਨਾਲ ਵੀ ਗੱਲਬਾਤ ਕਰਦੇ ਰਹਿੰਦੇ ਕਿ ਸਾਡੀਆਂ ਸਰਕਾਰਾਂ ਨੂੰ ਵੀ ਜ਼ਰੂਰ ਪਲੇਅਰਸ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੇ ਇਹਨੇ ਮਿਹਨਤ ਕਰਕੇ ਉੱਚਾ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਉੱਚੀ ਚੋਟੀ 'ਤੇ ਜਾ ਕੇ ਉਹਨਾਂ ਨੂੰ ਡਿਸੀਜ਼ਨ ਲੈਣੇ ਪੈਂਦੇ ਲਾਈਫ ਦੇ ਵਿੱਚ, ਮੈਂ ਵਿਆਹ ਵੀ ਕਰਾਉਣਾ, ਫਾਈਨੈਂਸ਼ਲੀ ਵੀ ਸਟਰੋਂਗ ਹੋਣਾ, ਪਰ ਮੈਨੂੰ ਸਰਕਾਰਾਂ ਹੁਣ ਕਿਵੇਂ ਮੋਟੀਵੇਟ ਕਰਨਗੀਆਂ। ਤਾਂ ਅਸੀਂ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਵੀ ਕਿ ਅਜਿਹੇ ਪਲੇਅਰਸ ਨੂੰ ਲੈ ਕੇ ਤੁਸੀਂ ਜ਼ਰੂਰ ਕੋਈ ਇਸ ਤਰ੍ਹਾਂ ਦੀ ਪਾਲਿਸੀ ਬਣਾਓ ਕਿ ਇਹ ਆਪਣੀ ਲਾਈਫ ਦੇ ਵਿੱਚ ਵੀ ਉਵੇਂ ਹੀ ਖੜੇ ਰਹਿਣ ਤਾਂ ਕਿ ਨਾਲ ਦੀ ਨਾਲ ਆਪਣੀ ਗੇਮ ਕਰਦੇ ਰਹਿਣ। ਅਤੇ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਤੁਹਾਨੂੰ ਕੋਈ ਹੋਰ ਸਵਾਲ ਹੈ ਜਾਂ ਤੁਸੀਂ ਕਿਹੜੇ ਪਿੰਡ ਸ਼ਹਿਰ ਦੇ ਰਹਿਣ ਵਾਲੇ ਕੋਈ ਉੱਥੇ ਵਧੀਆ ਪਲੇਅਰ ਹੈਗਾ, ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ, ਅਸੀਂ ਪਹੁੰਚਾਂਗੇ ਅਤੇ ਨਾਲ ਦੀ ਨਾਲ ਇੰਟਰਵਿਊ ਕਰਨ ਦੀ ਕੋਸ਼ਿਸ਼ ਕਰਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।